ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪਰ ਨਵੇਂ ਹੋ ਚੈਨਲ ਸਬਸਕ੍ਰਾਈਬ ਕਰ ਲਓ, ਨਾਲ ਹੀ ਘੰਟੇ ਬਟਨ ਦਬਾ ਦਿਓ। ਨਿਊ ਹੋਲੈਂਡ ਸੁਪਰ 3630 TX ਇਹ ਟਰੈਕਟਰ ਬਕਿਆ ਹੈ ਜੀ। ਟਰੈਕਟਰ ਨੂੰ ਕੰਡੀਸ਼ਨ ਵਿਖਾ ਦਿੰਦੇ ਹਾਂ। ਮਾਡਲ ਹੈਗਾ ਗਾ 2013, ਸਾਈਡ ਗੇਅਰ ਦੇ ਵਿੱਚ ਆ ਜਾਂਦਾ ਹੈ। ਪੰਜਾਬ ਨੰਬਰ ਟਰੈਕਟਰ ਹੈ। ਤਿੰਨ ਸਿਲੰਡਰ ਦੇ ਵਿੱਚ ਆ ਜਾਂਦਾ ਹੈ। ਪਾਵਰ ਸਟੀਅਰਿੰਗ ਹੈ, ਹਿੱਸਾ ਵੇਖ ਸਕਦੇ ਹੋ। ਮੂਹਰਲੇ ਟਾਇਰ ਨੇ ਜਿਹੜੇ ਗੁਡੀਅਰ ਦੇ ਨੇ, 7/65/50/16 ਦੇ ਵਿੱਚੋਂ ਮਗਰਾਟ ਵੇਖ ਸਕਦੇ ਹੋ। ਪਿਛਲੇ ਟਾਇਰ ਵੀ ਗੁਡੀਅਰ ਦੇ ਨੇ। ਸੋਲਾਂ 9/28 ਦੇ ਟਰੈਕਟਰ ਦੇ ਉੱਪਰੋਂ ਮਗਰਾਟ ਵੇਖ ਸਕਦੇ ਹੋ। ਦੂਜਾ ਮਗਰਾਟ ਵੇਖ ਸਕਦੇ ਹੋ। ਡਬਲ ਡਿਸਟ੍ਰੀਬਿਊਟਰ ਹੈ, PTO 540 ਚੱਕਰ, ਤੇਲ ਬਰੇਕਾਂ ਨੇ, ਡਰਾਵਲ ਸਮੇਤ ਹੈ, ਡੰਡਾ ਸਮੇਤ ਹੈ। ਟਰੈਕਟਰ ਥੋੜ੍ਹਾ ਤੁਹਾਨੂੰ ਦੂਰੋਂ ਵਿਖਾ ਦਿੰਦੇ ਹਾਂ। ਛਾਤਰੀ ਲੱਗੀ ਵੀ ਹੈ। ਟਰੈਕਟਰ ਤੁਸੀਂ ਦੂਜੀ ਸਾਈਡ ਵੇਖ ਸਕਦੇ ਹੋ, ਵਿੱਚੋਂ ਮਗਰਾਟ ਵੇਖ ਸਕਦੇ ਹੋ ਜੀ। ਟਾਇਰ ਵੇਖ ਸਕਦੇ ਹੋ, ਰਿਮ ਵੇਖ ਸਕਦੇ ਹੋ। ਇਹ ਟਰੈਕਟਰ 1472 ਘੰਟੇ ਚੱਲਿਆ ਹੋਇਆ ਹੈ। ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦੇ ਜੀ, ਮਾਡਲ ਹੈਗਾ ਗਾ 2013, PB19 ਬਰਨਾਲੇ ਦਾ ਨੰਬਰ ਹੈ, ਸੇਜਰੀ ਦੇ ਵਿੱਚ ਹੈ। ਚਾਰੇ ਟਾਇਰ ਗੁੜੀਆਰ ਦੇ ਨੇ। ਚੌਦਾਂ ਸੌ ਬਹੱਤਰ ਘੰਟੇ ਚੱਲਿਆ ਹੋਇਆ ਇਹ ਟਰੈਕਟਰ ਦੀ ਡਿਮਾਂਡ ਰੱਖੀ ਗਈ ਹੈ ਉਹ 4 ਲੱਖ ਰੁਪਇਆ ਰੱਖੀ ਗਈ ਹੈ, ਬਾਕੀ ਮੌਕੇ 'ਤੇ ਘੱਟ ਵੱਧ ਹੋਜੂਗਾ। ਇਹ ਟਰੈਕਟਰ ਮੈਸੀ ਵਾਲੀ ਏਜੰਸੀ ਦੇ ਵਿੱਚ ਖੜ੍ਹਾ ਹੈਗਾ, ਹੰਡਾਇਆ ਕਚਹਿਰੀ ਚੌਂਕ ਤੋਂ 2 ਕਿਲੋਮੀਟਰ ਅੱਗੇ। ਬਾਈ ਦਾ ਕੰਡਕਟਰ ਨੰਬਰ ਆਪਾਂ ਹੇਠਾਂ ਪਾ ਦਾਂਗੇ। ਧੰਨਵਾਦ ਜੀ, ਬਹੁਤ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਕੇ ਸਾਥ।